ਜੈ ਗੁਰਦੇਵ, ਧੰਨ ਗੁਰਦੇਵ। ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਸ਼ਮੀ, ਪ੍ਰੈਜ਼ੀਡੈਂਟ ਅੰਬੇਡਕਰ ਟਾਈਗਰ ਫੋਰਸ। ਅੱਜ ਅਸੀਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੀ ਟੀਮ ਵੱਲੋਂ ਅਸੀਂ ਜੋ ਹੈ ਬਾਮਸੇਵ ਅਤੇ ਮੂਲ ਨਿਵਾਸੀ ਸੰਘ, ਜੋ ਮੇਰੇ ਵੀਰ ਹਨ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਜਿਹੜਾ ਹੈਗਾ ਚੇਂਜ ਕਰਕੇ, ਜੋ ਮੇਰੇ ਵੀਰ ਪੰਜਾਬੀ ਪੜ੍ਹਨੀ ਜਾਣਦੇ ਹਨ ਕਿਉਂਕਿ ਉਹ ਇੰਗਲਿਸ਼ ਜਾਂ ਹਿੰਦੀ ਨਹੀਂ ਸਮਝਦੇ, ਉਹਨਾਂ ਦੇ ਲਈ ਇੱਕ ਸਪੈਸ਼ਲ ਬੜਾ ਵੱਡਾ ਇਹਨਾਂ ਨੇ ਉਪਰਾਲਾ ਕਰਕੇ ਜਿਹੜੀ ਹੈਗੀ ਆ ਇਹ ਇੱਕ ਲੈ ਕੇ ਆਏ ਆ, ਜਿਹੜਾ ਸੰਵਿਧਾਨ ਬਾਬਾ ਸਾਹਿਬ ਦਾ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ। ਇਹਨੂੰ ਹਰ ਇੱਕ ਇਨਸਾਨ ਪੜ੍ਹ ਕੇ, ਜੋ ਪੰਜਾਬ ਦੇ ਵਿੱਚ ਮੇਰੇ ਵੀਰ ਪੰਜਾਬੀ ਹਨ, ਆਪਣੇ ਜੋ ਅਧਿਕਾਰ ਹਨ, ਜੋ ਹੱਕ ਹਨ, ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨਿਕ ਹੱਕ ਜੋ ਲੈ ਕੇ ਦਿੱਤੇ ਹਨ, ਇਹਦੇ ਵਿੱਚ ਸਾਰਾ ਕੁਝ ਕਲੀਅਰ ਕੱਟ ਦੱਸਿਆ ਹੋਇਆ ਹੈ। ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਵੱਲੋਂ, ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਜਿਹੜਾ ਹੈਗਾ ਸਾਡੇ ਸਮਾਜ ਨੂੰ ਬਹੁਤ ਵੱਡੀ ਸੇਧ ਦਿੱਤੀ ਆ। ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ, ਇਹ ਕੀ ਕਹਿਣਾ ਚਾਹੁੰਦੇ ਹਨ। ਹਾਂਜੀ ਬਾਈ, ਸਭ ਤੋਂ ਪਹਿਲਾਂ 642ਵਾਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਪੂਰੇ ਵਿਸ਼ਵ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਹੈ ਜਾਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਵਿਚਾਰਧਾਰਾ ਆ, ਉਸ ਵਿਚਾਰਧਾਰਾ ਦੇ ਮੁਤਾਬਕ ਸਾਨੂੰ ਮੂਲ ਨਿਵਾਸੀ ਲੋਕਾਂ ਨੂੰ, ਭਾਰਤ ਦੇ ਮੂਲ ਨਿਵਾਸੀ ਜੋ ਸਦੀਆਂ ਤੋਂ ਲਤਾੜੇ ਹੋਏ ਲੋਕ ਹੈ, ਉਹਨਾਂ ਨੂੰ ਅੱਜ ਉਹਨਾਂ ਇੱਕ ਚੀਜ਼ ਦਾ ਪ੍ਰਣ ਲੈਣਾ ਚਾਹੀਦਾ ਹੈ ਕਿ ਜੋ ਸਤਿਗੁਰੂ ਰਵਿਦਾਸ ਮਹਾਰਾਜ ਨੇ ਇੱਕ ਬਰਾਬਰਤਾ, ਭਾਈਚਾਰਾ ਔਰ ਜਾਤ ਦੇ ਲਤਾੜੇ ਹੋਏ ਲੋਕਾਂ ਨੂੰ ਇੱਕ ਬਰਾਬਰਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੀ ਸਾਨੂੰ ਜਿਹੜੀ ਗੱਲ ਹੈ ਉਹ ਮੰਨ ਕੇ ਸਾਨੂੰ ਇੱਕ ਮਾਲਾ ਦੇ ਵਿੱਚ ਪਰੋ ਹੋ ਕੇ ਜਾਤ ਬੰਧਨ ਤੋੜ ਕੇ ਸਾਨੂੰ ਮੂਲ ਨਿਵਾਸੀ ਸਮਾਜ ਨੂੰ, ਭਾਰਤ ਦੇ 85% ਲੋਕਾਂ ਨੂੰ ਇਕੱਠੇ ਹੋ ਕੇ ਸਮਾਜਿਕ ਤਬਦੀਲੀ ਵੀ, ਆਰਥਿਕ ਤਬਦੀਲੀ ਵੀ, ਰਾਜਨੀਤਿਕ ਤਬਦੀਲੀ ਵੀ ਅਤੇ ਧਾਰਮਿਕ ਤਬਦੀਲੀ ਵੀ ਕਰ ਦੇਣੀ ਚਾਹੀਦੀ ਹੈ। ਔਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਕਹੇ ਦੇ ਮੁਤਾਬਕ ਸਾਨੂੰ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਕੇ ਸਾਰੇ ਵਿਸ਼ਵ ਦੇ ਵਿੱਚ ਪਿਆਰ ਔਰ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਔਰ ਅੱਜ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਜਨਮ ਉਤਸਵ ਦੇ ਉੱਤੇ ਇੰਨੀਆਂ ਰੌਣਕਾਂ ਲੱਗੀਆਂ, ਅਸੀਂ ਵਾਰ ਵਾਰ ਮੂਲ ਨਿਵਾਸੀ ਸੰਘ ਬਾਮਸੇਵ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ। ਇਹ ਜੋ ਚੈਨਲ ਅੰਬੇਦਕਰ ਮਿਸ਼ਨ ਵਾਲਿਆਂ ਦਾ, ਅਸੀਂ ਇਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ। ਪੀਪਲਸ ਪਾਰਟੀ ਆਫ ਇੰਡੀਆ ਜੋ ਸਾਡੇ ਵੀਰ ਹਨ, ਆਓ ਆਪਾਂ ਇਹਨਾਂ ਨਾਲ ਵੀ ਅੱਜ ਗੱਲ ਕਰਦੇ ਹਾਂ ਕਿ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੋ ਸਾਡੇ ਜਗਤ ਪਿਤਾ ਹਨ, ਜਗਤ ਗੁਰੂ ਹਨ, ਉਹਨਾਂ ਦੇ 642ਵੇਂ ਪੂਰਵ ਆਗਮਨ 'ਤੇ ਇਹ ਕੀ ਕਹਿਣਾ ਚਾਹੁੰਦੇ ਹਨ। ਹਾਂਜੀ, ਜੈ ਗੁਰਦੇਵ, ਧੰਨ ਗੁਰਦੇਵ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਸੀਗਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਇਹ ਲਾਈਨਾਂ ਨੂੰ ਜਿਹੜਾ ਕਿ ਉਹਨਾਂ ਨੇ ਅੱਜ ਤੋਂ 642 ਸਾਲ ਪਹਿਲਾਂ ਕਹਿ ਦਿੱਤੀਆਂ ਸੀ, ਉਸ ਨੂੰ ਮੁੱਖ ਰੱਖਦੇ ਹੋਏ ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ ਦਾ ਗਠਨ ਹੋਇਆ, ਜਿਸ ਦਾ ਮੁੱਖ ਉਦੇਸ਼ ਹੈ ਵੀ ਇਸ ਦੇਸ਼ ਦੇ ਜਿਹੜੇ ਬਹੁਜਨ ਸਮਾਜ ਦੇ ਜਿਹੜੇ ਮੂਲ ਨਿਵਾਸੀ ਸਮਾਜ ਦੇ ਲੋਕ ਨੇ, ਉਹਨਾਂ ਨੂੰ ਇਸ ਦੇਸ਼ ਦਾ ਹੁਕਮਰਾਨ ਬਣਾਉਣਾ ਹੈ। ਉਹਨਾਂ ਨੂੰ ਹੁਕਮਰਾਨ ਬਣਾਉਣ ਲਈ ਅਸੀਂ ਮੁੱਖ ਉਦੇਸ਼ ਰੱਖਿਆ ਵੀ ਸੰਵਿਧਾਨ ਨੂੰ ਲਾਗੂ ਕਰਨਾ ਹੈ ਪੂਰੇ ਦੇਸ਼ ਦੇ ਵਿੱਚ। ਸਾਡਾ ਇੱਕੋ ਇੱਕ ਮੋਟਿਵ ਹੈ, ਸੰਵਿਧਾਨ ਨੂੰ ਲਾਗੂ ਕਰਕੇ ਬਹੁਜਨ ਸਮਾਜ ਦੇ ਲੋਕਾਂ ਨੂੰ ਉਹਨਾਂ ਦੇ ਬਣਦੇ ਹੋਏ ਮੌਲਿਕ ਅਧਿਕਾਰ ਜਿਹੜੇ ਹੈਗੇ ਆ ਉਹ ਦਿੱਤੇ ਜਾਣ, ਉਹਦੇ ਵਾਸਤੇ ਸਾਡੀ ਇਸ ਪਾਰਟੀ ਦਾ ਗਠਨ ਹੋਇਆ ਹੈ। ਮੈਂ ਡਾਕਟਰ ਬ੍ਰਜੇਸ਼ ਬੰਗੜ, ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ ਦਾ ਸਟੇਟ
ਜਨਰਲ ਸੈਕਟਰੀ ਆਪਣੀ ਪੂਰੀ ਪਾਰਟੀ ਵੱਲੋਂ ਸਾਰੇ ਜਗਤ ਦੀਆਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਜਨਮ ਉਤਸਵ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ। ਜੈ ਗੁਰਦੇਵ।